ਸ੍ਰੀਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਭੰਗੂ ਗਲਾਅ ਦੇ ਵਿੱਚ। ਟਾਈਮ ਹੋ ਗਿਆ 12 ਵੱਜ ਗਏ ਅਤੇ ਅੱਜ ਤਰੀਕ ਹੋ ਗਈ 11, ਹੈ ਨਾ, 11 ਤਰੀਕ ਹੈ ਨਾ, 11 ਅਕਤੂਬਰ। ਅਤੇ 2 ਦਿਨ ਵਲੋਗ ਨਹੀਂ ਆਇਆ ਕਿਉਂਕਿ ਤਬੀਅਤ ਠੀਕ ਨਹੀਂ ਸੀ, ਹੈ ਨਾ, ਇਸ ਕਰਕੇ। ਅਤੇ ਗੱਡੀ ਆਪਾਂ ਨੇ ਭਰ ਲਈ ਆ, ਠੀਕ ਆ, ਗੱਡੀ ਭਰੀ ਆ ਆਊਟ ਆਫ ਇੰਡੀਆ ਦੀ, ਆਊਟ ਆਫ ਇੰਡੀਆ ਦੀ ਗੱਡੀ ਭਰੀ ਆ, ਇੰਡੀਆ ਤੋਂ ਬਾਹਰ ਜਾਵਾਂਗੇ। ਅਤੇ ਹੁਣ ਚੱਲਦੇ ਹਾਂ, ਤੇਲ ਪਵਾਉਂਦੇ ਹਾਂ ਪਹਿਲਾਂ ਤਾਂ, ਤੇਲ ਪਵਾ ਕੇ ਫਿਰ ਏਜੰਸੀ ਦਿਖਾਉਂਦੇ ਹਾਂ ਗੱਡੀ, ਕਿਉਂਕਿ ਟਾਇਰ ਆਪਣੇ ਗਲਤ ਖਾ ਰਹੀ ਹੈ, ਏਜੰਸੀ ਚੈੱਕ ਕਰਾਵਾਂਗੇ, ਫਿਰ ਚੱਲਦੇ ਹਾਂ ਆਪਾਂ। ਅਤੇ ਇੱਧਰ ਸ਼ਾਹ ਜੀ ਵੀ ਆ ਗਏ ਤਿਆਰ ਹੋ ਕੇ, ਅਤੇ ਇੱਧਰ ਹਾਂ ਬਈ, ਚੰਗਾ ਫਿਰ ਬਾਏ। ਮਹਾਰਾਜ ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਰੱਖੇ ਦਾਤਾ ਜੀ, ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਹਰਿ ਅਜੂਨੀ ਸਹਿਬ। ਮੈਂ ਵੀ ਮਿੱਤਰੋ, 160 ਲੀਟਰ ਡੀਜ਼ਲ ਪੈ ਗਿਆ ਇੱਧਰ, ਅੱਧੀ ਟੈਂਕੀ ਆਪਣੇ ਕੋਲ ਹੈ ਸੀਗੀ, ਮੈਂ ਉੱਧਰ ਪਵਾ ਲੈਂਦੇ ਹਾਂ 200 ਕੁ ਲੀਟਰ ਆਪਾਂ, ਬਾਕੀ ਨੇਪਾਲ ਜਾ ਕੇ ਪਵਾਵਾਂਗੇ, ਅਤੇ ਸਸਤਾ ਹੈ। 200 ਲੀਟਰ ਇੱਧਰ ਪਵਾ ਲਿਆ ਅਤੇ ਬਾਕੀ ਉੱਧਰ ਆਪਣੇ ਕੋਲ ਟੈਂਕੀ ਫੁੱਲ ਹੋ ਗਈ, ਇੰਨੇ ਕੁ ਨਾਲ ਆਪਣਾ ਕੰਮ ਚੱਲ ਜਾਣਾ, ਅਤੇ ਬਾਕੀ ਫੇਰ ਦੇਖਾਂਗੇ। ਨਵੇਂ ਮਿੱਤਰੋ, ਮੋਟਰ ਮਾਰਕੀਟ 'ਚ ਖੜ੍ਹੇ ਹਾਂ, ਅਤੇ ਟਿਊਬਾਂ ਲਿਆਏ ਆਪਾਂ, ਟਿਊਬਾਂ ਪਵਾਵਾਂਗੇ, ਦੋ ਆਪਣੇ ਟਿਊਬਾਂ ਖਰਾਬ ਹੋਈ ਵੀ ਸੀਗੀਆਂ, ਉਹਦੀਆਂ ਜਿਹੜੀਆਂ ਉੱਪਰ ਵਾਲਾ ਉਹ ਹੈ ਨਾ, ਇਹਨਾਂ ਦੋਵਾਂ ਦੀ। ਅਤੇ ਹੁਣ ਫਲਿਪਸ ਦੀਆਂ ਮੰਗਾਈਆਂ ਦੀਆਂ ਨੇ ਲਫੜ, ਅਤੇ ਹੁਣ ਦੇਖਦੇ ਹਾਂ ਆਪਾਂ ਲੈਨ ਕਰੀ, ਉਹ ਤਾਂ ਏਜੰਸੀ 'ਚ ਤਾਂ ਦਿਖਾਵਾਂਗੇ ਜੀ, ਆਪਾਂ ਵੀ ਚੈੱਕ ਕਰ ਲੈਂਦੇ ਹਾਂ ਰਿਮ ਟੂ ਰਿਮ। ਸਿੰਦਰ ਮਿਸਤਰੀ ਨੂੰ ਲਿਆਵਾਂ, ਚੱਲ ਪਹਿਲਾਂ ਆਪਾਂ ਆਪਣੀ ਕਾਰਾਗਰੀ ਕਰੀਏ, ਦੇਖ ਇਹਨੂੰ ਅੰਦਰ ਉਹ ਕਰ, ਉੱਧਰ ਲਾ ਬਾਈ, ਇੱਥੇ ਹੋ ਸਕਦਾ ਵੀ ਆਪਾਂ ਗਲਤ ਵੀ ਚੈੱਕ ਕਰਦੇ ਰਹੀਏ, ਕਿਉਂਕਿ ਐਡੇ ਤਕੜੇ ਮਿਸਤਰੀ ਤਾਂ ਹੈ ਨਹੀਂ ਆਪਾਂ, ਕਰਨ ਲੱਗ ਜਾ ਵੀ ਕਮੈਂਟ ਵੀ ਗਲਤ ਚੈੱਕ ਕਰ ਰਹੇ ਹਾਂ, ਅਸਾਂ ਉਦਾਂ ਹੀ ਤੁੱਕੇ ਲਾ ਰਹੇ ਹਾਂ ਬੈਠੇ, ਅਸੀਂ ਸਿੱਧੀ ਹੈ ਠੀਕ ਆ, ਤੈ ਉਧਰ ਕਿੱਧਰ ਲਾਈ ਵੀ ਆ, ਆ ਕਿਨਾਰੀ ਤੇ ਰਹੀ ਆ, ਸਮਝ 35 ਆ ਉਰੇ ਆ, ਆ ਜਾ ਆ ਜਾ ਫਟਾਫਟ ਆ ਜਾ, ਕੋਈ ਨਹੀਂ ਹੈ, ਆ ਚੱਕ ਦੇ ਉੱਪਰ ਦੇਖੋ, ਹੁਣ ਉਹ ਭੈਣ ਦੀ ਆ ਗਿਆ, ਲੈ ਇਹ ਤਾਂ ਘੁੰਮੀ ਪਈ ਹੈ ਟੂਬ, ਟਾਇਰ ਆਹੀ ਤਾਹੀ ਕਰਨਗੇ, ਹੈਂ ਟਾਇਰ ਆਹੀ ਤਾਹੀ ਕਰਨਗੇ, ਲਾਇਓ ਇੱਥੇ, ਲਾਓ ਇੱਥੇ, ਆ ਇੱਥੇ ਹੀ ਦਾ ਜਾਓ, ਸਿੰਦਰ ਨੂੰ ਲਿਆਓ ਬੁਲਾ ਕੇ, ਜਗ੍ਹਾ ਦੇਖਾਇਓ ਉੱਥੇ, ਲਾਓ ਇਹ ਮਿੱਤਰੋ ਸਾਰੇ ਹੋਏ ਨੇ, ਇਲੈਕਟ੍ਰੀਸ਼ਨ ਆ ਗਿਆ, ਪਹਿਲਾਂ ਇਹ 'ਚ ਕਿਹੜੀਆਂ ਪਈਆਂ ਵੀਆਂ ਦੇਖੀ, ਹੈਵਲ 190 ਦੀਆਂ ਹੀ ਆ, ਚਾਈਨੀਜ਼ ਆ ਹੈ ਨਾ, ਹੁਣ ਫਲਿਪਸ ਦੀਆਂ ਲੱਗੀਆਂ ਪਵਾਉਣ, ਦੋਵੇ ਫਲਿਪਸ ਦੀਆਂ ਪਵਾ ਕੇ ਟਿਊਬਾਂ, ਫਿਰ ਚੱਲਦੇ ਹਾਂ ਏਜੰਸੀ 'ਚ, ਏਜੰਸੀ 'ਚ ਲਾਈਨ ਦਿਖਾਉਂਦੇ ਹਾਂ, ਆਹੋ ਗ੍ਰੈਵਿਟੀ ਗ੍ਰੈਵਿਟੀ ਚੈੱਕ ਕਰਾ ਦਾਂਗੇ, ਘਰੋਂ ਬੁਲਾਇਆ ਇਹਨੂੰ ਸਪੈਸ਼ਲ ਫੋਨ ਕਰਕੇ ਬਾਈ ਨੂੰ, ਮੈਂ ਕਿਹਾ ਆ ਜਾ, ਅੱਜ ਕੰਚਕਾਂ ਬਿਠਾਈਆਂ ਹੋਣੀਆਂ, ਉਹ ਕਾਲੂ ਨੂੰ ਕਰਿਆ ਫੋਨ, ਉਹ ਕਹਿ ਰਿਹਾ ਮੈਂ ਘਰਾਂ, ਇਹਨੂੰ ਕਰਿਆ ਫੋਨ, ਇਹ ਕਹਿੰਦਾ ਮੈਂ ਘੰਟੇ ਤਾਈਂ ਆਊਂਗਾ, ਕਹਿੰਦਾ ਉਹ ਘੰਟੇ ਤਾਈਂ, ਕਹਿੰਦਾ ਕਾਲੂ ਕਹਿੰਦਾ ਥੋੜੀ ਦੇਰ ਤਾਈਂ, ਇਹ ਕਹਿੰਦਾ 15 ਮਿੰਟ ਤੱਕ,
करवा के हुण कम इन्हें कित्थे रखीए यार। लो मित्रो चल पे आपां हुण दिखाने सीधा एजेंसी जाके भी ये क्यों अपने टायर गलत खा रही है तो जाके पता लगेगा। तो बाकी लाइटा का काम अपने करा लिया चारे लाइटा टिट फोर टैट आर फोर ओवर ओके आओ मारा मेरी गल मन्ने ना फिर यार अंदर प्लेटा पवा दे। हैं प्लेटा पवा दे प्लेटा चल देखने हम क्या नाले मित्रों अज पहली बार आना भी गड्डी लैके इन्नी साजरे तुरे आप मतलब दिन खड़े नहीं आप घरों शाम नूं तुरदे सीगे जद भी वह भी तां क्योंकि काम कराउणा सीगा नहीं तुरना शाम नूं ए सीगा आपां ने। ते कल दा दशहरा कल दशहरा हो गया अज बार की है शुक्रवार अनु शनिवार अरसों ऐतवार तो शनि ऐतवार की छुट्टी होंगी है उत्थे केड़ा हो कह जी गर्मी च बयान चलिया है मैं कह जी गर्मी च बयान चलिया वीर जी बयान चलिया चढ़ते ठंडा चढ़ते सियाल तेन मिट्टीए ऐतकी बया के लै जाना नी साडी गड्डी आ गई एजेंसी च हुण लाइनमेंट ही करावांगे गड्डी आ गई एजेंसी च लाइनमेंट असीं करावांगे जी जांदे 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 ऐ अखा मारदी है छेड़दी है कराने आं लाइनमेंट दी उत्थे जाके इत्थे होनी है लाइनमेंट उधर ला ला एम्बूलेंस निकलूगी उहदे बाद अपने कढ़ा देने उत्थे मेल कप खोलने पैणे मन लगदा तां ही होऊगी। लै दिखाइए थानू किवें टायर बस गलत खा रही है बस इधर देखने नहीं आ देखो आ डब्बे पाए हुए ना ये गल तो खा रही है बाकी तो ओके आ बाकी एडी कोई वो नहीं गुस्सा नहीं करना किसी ने भाई रतन टाटा पूरा हो गया बेचारा घेंट बंदा सीगा वह देखो इदा होंगी है अलाइनमेंट इदा मित्रों टाइम हो गया 5:05 कुरक्षेत्र रह गया अपना 8 किलोमीटर करनाल 38 ते आपां ने मैनूं पता नहीं सीगा भी बई भरी भी गड्डी दी ते एजेंसी च लाइनमेंट कर देनी हैगी मैनूं आया सीगा भी कर दिंदे होणे ते क्योंकि बाहर पता कर दिंदे आ मिस्त्री बाहर दा मिंटू कर दिंदे आ ना एजेंसी च नहीं करते साले पता नहीं की चक्कर आ कहिंदे सेफ्टी नहीं हैगी उहदे च भरी भी गड्डी उह करने च वी तां नहीं करते चल कोई ना बाबे उत्थों यूरिया पवा के आपां टैंकी फुल करा के यूरिए दी
निकल गए थे अगे आ गए शाहबाद पार करके रोटी खाधी 4 बजे हूँ चले हैं नाले टायर टूर हवा लग जूगी आ गई सी घंटा क रुके से बाकी गलबात भी अपने को माल आ बीरगंज का बीरगंज का माल आ नेपाल का ऐतकी जावे नेपाल तेल अपने रखा पूरा पूरा जी अपने को तेल आ क्योंकि एक टेंकी का फुल आ बाकी उत्थे देखांगे जे आपां नूं मिल गया दोवें टेंकियां फुल होंदियां होईआं ते करा लांगे जे बाकी जिन्ना क पैंदा होया उन्ना क पवा लांगे। करता कम इधर इन्हे गलती है तो दुआ हो गया इधर किथे बढ़ता पिया गलती एदी है भैन कार आले दी थले क्यों बढ़ता पे उधर मित्रों निकल गए जाम जो और पहला एक्सीडेंट होया पता ते वो गड्डी वाला हैं उन्हें डिवर्सन दे बिच मारी कार ते इधर ओदे च वो गड्डी जा रही आगे ओदे च फसा ली सी उन्हें हैं और के बाश लट्टा ज्यादा नीमियां कर गया लट्टा ज्यादा नीमियां करतीयां थले ही वज रही सारिया फुल च भी अगे खड़ते हैं करते हैं फिर 10 नंबर की चाबी लेके ना मित्रों देख सकते हो गुरद्वारा साहब के लागे खड़े हाँ तो इतने हम साइड पलटी करावे टायर की इन्हों की क्योंकि उत्थों आप मार्केट चो आ गए अपना ट्रक मार्केट चो नहीं तो उत्थे ही करा लेनी सी मैं मिस्त्री नू करया फोन कालू नू कहिंदा एजेंसी जा कहिंदा एजेंसी च दिखा टायर भी हले तो हो भी गरंटी चा मैं चले गया वो गए थे उन्हें भी कहता बाहर नू कहा मैं कहा भी गड्डी भरी भी है मेरी उन्हें भी कहता कहिंदा जा कर देंगे अगे गया अगे जाके वो कहते जी अभी तो करते ही नहीं तो चलो अच्छा फिर होर एक होर मिस्त्री है साढ़े अंबाले सुरिंदर मिस्त्री वो को भी गया मैं क्या अंकल मैं क्या टायर गड्डी गलत खा रही है भी गड्डी लोड है भाई लैन देख लो तुम वो कहना एजेंसी जा कहना एजेंसी से देखे कहना भी हले भी देखने मैं तो देख लूँगा भी फिर लग जाने कह भी तुम सानू कहते नहीं दसिया जे गड्डी टायर गलत खा रही थी ये वो कहना बहुत कुछ कहने कहना इस करके तू एजेंसी चले जा
आप एजेंसी गए थे, एजेंसी वाले ने किते नहीं। फिर आनू ये तपार सी टायर वाले दे, क्योंकि पहला भी ये को रुके अपने और चिप लवाई सी वो बंदे को हम करवा के टायर का काम, फिर चलते आप। लो जी बाइया का हो गया मोटरसाइकिल जाम, मुगलैल पै रहा है, मुगलैल पै रहा है। पिस्टन जाम हो गया, अजी हमें कहाँ पता था, मैं कहा पता नहीं मुगलैल बार को आ रहा जी। भाई जी लूना चला दे थम, कहाँ की तैयारी देखियो, इसे उड़ाई ना दियो। यो कौन सा तजुर्बा मुगलैल पाने का, बस देखिए ताऊ कहीं पिस्टन बाहर ही ना आ जा। होने लगी सी स्टार्ट, वाह भाई पुराने खिलाड़ी हैं। कर इन्हें भाई यूपी के हैं भाई। लो भी मित्रों जिमें कि तुम्हें पता गुरुद्वारा साहब को खड़े हैं, तो बंटी भाई मिले आप। बंटी भाई का रहता हूँ डेरा सी, पहला रहा अपने बाले संडे उदा भाई का पिंड आ मटेड़ी मटेड़ी, तो हम रहा भाई डेरा बसी, तो हम चाह पीने हैं। तो होर सुना भाई ठीक ठाक, वै आप कदे मिले वे। लो भाई मित्रों टाइम हो गया 9:30, नट पिया बचाव हो गया 9:30 नहीं 9:03, ध्यान मेरा नट कन्नी का 9 भी देख लिया 3 भी देख लिया 0 अगे पिछे दी हो गई। चल पे आप ऐतकी जावे आप किधर नू भाई मेरट हो गए। ना मित्र पर 9:40 हो गए, तो आप हो गए मेरठ वाले रोड से, मतलब शामली अंदर नू जे जाते आप उधर नू मुजफ्फरनगर हो गए, फिर जाना पैना था अपन बाईपास नू। लाओ मित्रों शामली पार करके मेरठ वाले रोड से हैं, तो मैं ना हमने देखता पिया सी रतन टाटा जी दे सारिया वीडियो आ रही सीगियाँ, तो रडियाले वाले भाई ने शेर बड़े कम द शेर तो की दो लाइन लिखिया, क्या तकनीक नवी आदियाँ रहनगियाँ ट्रेंड फिका नहीं पैना तेरिया चासिया का, इंडिया की रीढ़ की हड्डी वजो जाने जाता रडियाले वालिया, तुर गया हो गए छियासिया का, तुर गया हो गए छियासिया का। ये शेर भाई रडियाले वाले भाई ने रतन टाटा जी दे लिखा फोटो के थले, तो आपू चंगा लग्या भाई आपने थानू सुनाता। तो भाई माण महसूस होंदा जब आपने देश की बनी हुई गड्डी चलाने हैं, तो उतरों बंदा भी घेंट है कि नहीं, एक नंबर बंदा सीगा। कहने भाई हम ओदिया ही वो देख देते ना, कहने ताज होटल के बिच ना कुत्तियां दे उपर जिहड़े अपने आने आवारा जिहड़े बाहर फिरदे रहने हैं, एक तो होंने नसल वाले एक दूए जिहड़े आम देसी कुत्ते होंने हैं, कहते उन्होंने उपर कोई रोक नहीं थी, जिवें मर्जी वह अंदर आ सकते हैं जिथे मर्जी वह बैठ सकते हैं, भी वो सिक्योरिटी गार्डा
ਸਪੈਸ਼ਲ ਕਿਹਾ ਹੋਇਆ ਸੀਗਾ, ਹਦਾਇਤਾਂ ਦਿੱਤੀਆਂ ਵੀ ਸੀਗੀਆਂ ਵੀ ਤੁਸੀਂ ਕੁੱਤੇ ਦੇ ਮਾਰਨਾ ਨਹੀਂ ਵੀ ਨਾ ਬਾਹਰ ਕੱਢਣਾ। ਉਹ ਕੁੱਤੇ ਅੰਦਰ ਹੀ ਰੈਸਟ ਕਰਦੇ ਹੁੰਦੇ ਤੇ ਦੇਖ ਲਓ, ਤੇ ਆਪ ਉਹਨਾਂ ਨੇ ਬਾਈ ਉਹ ਦੇਸੀ ਉਹ ਰੱਖੇ ਹੋਏ ਸੀਗੇ, ਕੋਈ ਉਹ ਨਹੀਂ ਬਹੁਤੇ ਨਸਲਾਂ ਵਾਲੇ ਨਹੀਂ ਰੱਖੇ ਹੋਏ ਸੀਗੇ, ਜਿਹੜੇ ਮਹਿੰਗੇ ਕੁੱਤੇ ਮਿਲਦੇ ਆ ਦੇਸੀ ਕੁੱਤਿਆਂ ਨਾਲ ਪਿਆਰ ਦਾ ਉਹਨਾਂ ਦਾ। ਤੇ ਬੰਦਾ ਬਾਈ ਹੀਰਾ ਸੀਗਾ ਜਿਹੜਾ ਜੱਗ ਤੋਂ ਉਤਰ ਗਿਆ, ਡੰਡੇ ਵਾਲੀ ਡੀ ਤੋਂ ਲੈ ਕੇ ਸਿਗਨਿਆ ਪ੍ਰੇਮਿਆਂ ਤੱਕ ਦਾ ਸਫ਼ਰ। ਲਓ ਮਿੱਤਰੋ ਟਾਈਮ ਹੋ ਗਿਆ 11:11, ਤੇ ਮੱਠ ਖੜੀ ਹੈ ਤੇ ਅੱਖ ਚੜੀ ਹੈ ਰੰਗ ਲਾਲ ਜੱਟ ਦਾ ਹੋ ਜਾਂਦਾ। ਤੇ ਆਏ ਬਾਬਾ ਪੰਜਾਬੀ ਢਾਬਾ ਗੁੱਜਰ ਪਾਰਕਿੰਗ, ਇੱਥੇ ਖੜੇ ਹਾਂ ਹੁਣ, ਚਾਹ ਪੀਵਾਂਗੇ ਇੱਥੇ, ਚਾਹ ਪੀ ਕੇ ਫਿਰ ਚੱਲਾਂਗੇ। ਇੱਥੋਂ ਮੇਰਠ ਹੋਣਾ ਕੁਝ 22-23 ਕਿਲੋਮੀਟਰ, ਹੈ ਨਾ? ਅੱਛਾ 23 ਕਿਲੋਮੀਟਰ ਉਹ ਪਿੱਛੇ ਦਾ। ਅੱਛਾ ਠੀਕ ਆ ਠੀਕ ਆ, 14 ਕਿਲੋਮੀਟਰ ਰਹਿ ਗਿਆ ਬਾਈ ਮੇਰਠ, 14। ਇਹ ਬੰਦਾ ਦੇਖਦਾ ਪਿਆ ਟਾਇਰ, ਇਹ ਜਿਹੜਾ ਡਰਾਈਵਰ ਬਣਾਇਆ ਹੋਇਆ ਸੀਗਾ ਤੁਸੀਂ ਪਛਾਣ ਲਓ ਇਹਨੂੰ, ਇਹਨੇ ਰੋਲ ਕੀਤਾ ਸੀਗਾ ਤੇ ਕਨੈਕਟਰ ਦੇ ਕਰਦਾ ਬਣਾਉਂਦਾ ਪਿਆ ਵੀਡੀਓ, ਹੈਂ ਇਹ ਕੰਮ ਹੁੰਦਾ। ਅਤੇ ਹੋਰ ਵੀ ਆਈਡੀਏ ਤਾਂ ਬਹੁਤ ਆ ਯਾਰ, ਪਰ ਪਤਾ ਕੀ ਟਾਈਮ ਚਾਹੀਦਾ ਉਹਦੇ ਵਾਸਤੇ, ਟਾਈਮ ਖੁੱਲ੍ਹਾ ਹੋਣਾ ਚਾਹੀਦਾ, ਉਹ ਸਾਡੇ ਕੋਲ ਹੈ ਨਹੀਂ। ਗੱਡੀਆਂ ਅੱਗੇ ਕਰਨੀਆਂ? ਅੱਛਾ ਆਹ ਕਰ ਦਿਓ, ਟਾਈਮ ਸਾਡੇ ਕੋਲ ਹੈ ਨਹੀਂ ਇੰਨਾ ਖੁੱਲ੍ਹਾ, ਕਿਉਂਕਿ ਗੱਡੀ ਵੀ ਦੇਖਣੀ ਹੁੰਦੀ ਆ ਭਰਾ, ਹੈ ਨਾ? ਕੋਈ ਨਹੀਂ ਕਰਦੇ ਰਵਾਂਗੇ ਵਿੱਚ ਵਿੱਚ ਨੂੰ ਆਪਾਂ ਸ਼ੁਗਲ ਮੇਲਾ। ਅਤੇ ਹੁਣ ਚਾਹ ਪੀ ਲਈਏ, ਚਾਹ ਪੀ ਕੇ ਫਿਰ ਚੱਲਦੇ ਹਾਂ। ਬੜਾ ਗਾਹ ਪੈ ਰਿਹਾ ਹੈ ਕਿਆ? ਹਾਂ ਮਾਲਕ ਕਿਹੜਾ? ਆਹ ਉਹ ਗੁਲਾਬੀ ਕਮੀਜ਼ ਵਾਲਾ। ਅੱਛਾ ਪਤਾ ਨਹੀਂ ਕੀ ਰੌਲਾ। ਚਾਹ ਚੱਕ ਵੀ ਲਿਆ ਤੂੰ, ਮੀਠੀ ਚਾਹ ਠੀਕ ਹੈ, ਮੀਠਾ ਤੇ ਓਹੋ ਮਾਰਾ। ਹਾਂਜੀ ਕਿਆ ਕਹਿਣਾ ਚਾਹੋਗੇ? ਇੱਥੇ ਪਤਾ ਨਹੀਂ ਕੀ ਰੌਲਾ ਪੈ ਗਿਆ, ਚਾਹ ਪਿੱਛੇ ਪੈ ਗਿਆ ਕੀ ਪੈ ਗਿਆ, ਪਰ ਆਪਣਾ ਕੋਈ ਉਹ ਨਹੀਂ ਆਇਆ ਰੌਲਾ, ਇਹ ਰੌਲਾ ਪੈ ਰਿਹਾ ਸਾਰਾ ਮਿੱਠੇ ਪਿੱਛੇ। ਉਹ ਕਹਿੰਦਾ ਮੇਰੇ ਤੋਂ ਮਿੱਠੀ ਮੰਗੀ ਇਹਨੇ, ਉਹ ਕਹਿੰਦਾ ਮੈਂ ਮਿੱਠੀ ਮੰਗੀ ਨਹੀਂ, ਮੈਂ ਫਿੱਕੀ ਮੰਗੀ ਆ ਚਾਹ, ਉਹਨੇ ਕੜਛੀ ਭਰ ਕੇ ਪਾ ਤੀ ਮਿੱਠੀ ਦੀ। ਚੱਲ ਹੁਣ ਐਂ ਆ ਬਈ, ਚੱਲ ਆ ਜਾ ਮਿੱਠੀ ਚਾਹ ਦੇ ਦੇ, ਮਿੱਠੀ ਆ ਉਹ ਆਪਣਾ ਉੱਧਰ ਆ। ਲਓ ਮਿੱਤਰੋ 11:36 ਹੋ ਗਏ, 37 ਮਿੰਟ ਹੋ ਗਏ, ਅਤੇ ਹੁਣ ਮੇਰਠ ਪਾਰ ਕਰਕੇ ਗੜ੍ਹ ਜਾ ਕੇ ਰੋਟੀ ਖਾਵਾਂਗੇ ਆਪਾਂ। ਇੱਥੋਂ ਹੋਣਾ 30-35 ਕਿਲੋਮੀਟਰ ਹੋਣਾ, ਹੈ ਨਾ? 30-35 ਕਿਲੋਮੀਟਰ ਹੋਣਾ, ਅਤੇ ਰੋਟੀ ਖਾ ਕੇ ਆਪਾਂ ਸੌ ਜਾਵਾਂਗੇ, ਅਤੇ ਇੱਧਰ ਉਸਤਾਦ ਜੀ ਚੱਲਦੇ ਰਹਿਣਗੇ। ਹੈਂ ਉਸਤਾਦ ਜੀ ਮਿੱਟੀ ਸਾਫ਼ ਕਰੋ, ਮੋਢੇ 'ਤੇ ਸਾਡੇ ਮਿੱਟੀ ਲੱਗੀ ਹੋਈ ਹੈ।
मित्रो गढ़ गजरौली गढ़ तो पहला होटल आ सामने इतने खावे रोटियां लोट पोट हो जाएंगे। ये लाइट नु क्या हो गया, ये क्यों नहीं बलती पई, फ्यूज हो गई होनी फ्यूज। करते हैं आप ब्लॉग का एंड इतने, तो किवें लगे थानू साडा अज का ब्लॉग कमेंट करके जरूर दस्यो, तो चैनल कर लो सबसक्राइब, तो नाल बैल दे आइकन कर दो प्रेस ताकि नोटिफिकेशन पहुँचे वीडियो की सब तो पहला थोड़े को। सत श्रीकाल, मिलते हैं अगले ब्लॉग, जब तक रब रखा।